ਦਸ਼ਕ ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਦਰਸਾ ਪਹਿਲਾਂ ਤਾਂ ਅਸੀਂ ਪੁੱਛਿਆ ਸੀ ਤੁਹਾਡੀਆਂ ਐਕਟੀਵਿਟੀਜ਼ ਬਾਰੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਦੇਸ਼ ਵਿਦੇਸ਼ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਅ ਦੋ ਇਸ਼ੂ ਮੈਂ ਸਮਝਦਾ ਕਿ ਸਮਾਸੀ ਮੈਂ ਔਰ ਵੀਕੈਂਡ ਤੇ ਕਾਫੀ ਕੁਝ ਵਾਪਰਿਆ ਲੇਕਿਨ ਮੈਂ ਦੋ ਹੀ ਇਸ਼ੂਸ ਨੂੰ ਡਿਸਕਸ ਕਰਾਂਗਾ ਜੀ ਜੰਮੂ ਕਸ਼ਮੀਰ ਦੇ ਸਿੱਖਾਂ ਨੇ ਜਿਸ ਤਰੀਕੇ ਦੇ ਨਾਲ ਸੋਲੀਡੈਰਿਟੀ ਖਾਲਸਤਾਨ ਦੇ ਕੌਜ਼ ਨਾਲ ਦਿਖਾਈ ਜੀ ਜਿਵੇਂ ਸਮੁੱਚਾ ਸੂਬਾ ਜਿਹੜਾ ਉਸ ਨੂੰ ਉਹਨਾਂ ਨੇ ਹਲਾ ਕੇ ਰੱਖ ਦਿੱਤਾ ਐਡਮਿਨਿਸਟ੍ਰੇਸ਼ਨ ਨੂੰ ਸਾਰੀਆਂ ਦੀਆਂ ਸਾਰੀਆਂ ਮੰਗਾਂ ਐਡਮਿਨਿਸਟ੍ਰੇਸ਼ਨ ਨੂੰ ਮੰਨਣੀਆਂ ਪਈਆਂ ਜੀ ਉਹਨਾਂ ਨੇ ਮਿੱਥੇ ਪ੍ਰੋਗਰਾਮ ਤੇ 6 ਜੂਨ ਸ਼ਾਮ ਨੂੰ ਸਿੰਬਲ ਕੈਂਪ ਦੇ ਵਿੱਚ ਬੜਾ ਜ਼ਬਰਦਸਤ ਇਕੱਠ ਕੀਤਾ ਪਿਛਲੇ ਸਾਲਾਂ ਨਾਲੋਂ ਵੀ ਐਤਕੀ 4-5 ਗੁਣਾ ਸਿੱਖ ਸੰਗਤਾਂ ਸੀ ਪੰਜਾਬ ਚੋਂ ਵੀ ਸਾਰੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਪਹੁੰਚੇ ਜੀ ਜਿੱਥੇ ਸ਼ਹੀਦ ਜਗਜੀਤ ਸਿੰਘ ਨੂੰ ਟ੍ਰਿਬਿਊਟ ਦਿੱਤੀ ਗਈ ਉੱਥੇ ਬਹੁਤ ਸਾਰੀ ਮਦਦ ਉਸ ਪਰਿਵਾਰ ਦੇ ਲਈ ਸਿੱਖਾਂ ਵੱਲੋਂ ਜਿਹੜੀ ਹੈ ਉਹ ਐਲਾਨੀ ਗਈ ਔਰ ਮੈਂ ਈਵਨ 6 ਫਾਰ ਜਸਟਿਸ ਤੇ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਮੁਬਾਰਕਬਾਦ ਦਿੱਤੀ ਸੈਨਫਰਸਕੋ ਪ੍ਰੋਟੈਸਟ ਚ ਉਹ ਲੀਡ ਕਰ ਰਹੇ ਸੀ ਜੀ ਰੈਫਰੰਡਮ 2020 ਫਲੋਟ ਨੂੰ 6 ਫਾਰ ਜਸਟਿਸ ਨੇ ਵੀ 20000 ਡਾਲਰ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਔਰ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਅਣਖ ਦੀ ਗੱਲ ਹੈ ਕਿ ਜਿਹੜਾ 5 ਲੱਖ ਰੁਪਈਆ ਹੈ ਜੰਮੂ ਕਸ਼ਮੀਰ ਸਰਕਾਰ ਨੇ ਦਿੱਤਾ ਸੀ ਉਹ ਪਰਿਵਾਰ ਨੇ ਡਿਨਾਈ ਕਰ ਦਿੱਤਾ ਵੀ ਅਸੀਂ ਤੁਹਾਡੇ ਟੁਕੜੇ ਨਹੀਂ ਲੈਣੇ ਜੀ ਸੋ ਇਹ ਇੱਕ ਬਹੁਤ ਪੋਜ਼ਿਟਿਵ ਔਰ ਜਿਵੇਂ ਕੁਝ ਖਬਰਾਂ ਜਿਹੜੀਆਂ ਦੱਬ ਵੀ ਗਏ ਕਿ ਜੀ ਜੰਮੂ ਚ ਕਲਾ ਖਾਰਸਤਾਨ ਜ਼ਿੰਦਾਬਾਦ ਨਹੀਂ ਸੀ ਗੂੰਜਿਆ ਪਾਕਿਸਤਾਨ ਜ਼ਿੰਦਾਬਾਦ ਵੀ ਸੀ ਜੀ ਸੋ ਉਹ ਉਸ ਪਾਰਟ ਨੂੰ ਇੱਕ ਦੋ ਨਿਊਜ਼ ਪੋਰਟਲ ਤੋਂ ਬਿਨਾ ਬਾਕੀਆਂ ਨੇ ਦਬ ਦਿੱਤਾ ਪਰ ਹੁਣ ਜਿਸ ਤਰੀਕੇ ਦੇ ਨਾਲ ਕਿਉਂਕਿ ਅਸੀਂ ਮੋਢਲੇ ਦਿਨਾਂ ਚ ਇਹ ਸਾਰੇ ਘਟਨਾਕ੍ਰਮ ਦਾ ਐਨਾਲਿਸਿਸ ਕਰਦੇ ਆ ਕਿਹਾ ਸੀ ਕਿ ਵੀ ਇਹਦਾ ਸਬੰਧ ਜਿਹੜਾ ਬੀਜੇਪੀ ਦਾ ਉੱਥੇ ਪਾਵਰ ਦੇ ਵਿੱਚ ਆਣਾ ਹੈ ਨੰਬਰ 2 ਡਿਪਟੀ ਚੀਫ ਮਿਨਿਸਟਰ ਉਹਨਾਂ ਦਾ ਨਰਮਲ ਸਿੰਘ ਹੈ ਜਿਹੜਾ ਬੀਜੇਪੀ ਨਾਲ ਸੰਬੰਧ ਹੁੰਦਾ ਹੈ ਜੀ ਔਰ ਇਹ ਇਹਦੇ ਨਾਲ ਇਹਦਾ ਕੋਈ ਤਾਲੁਕ ਹੈ ਕਿਉਂਕਿ ਲੁਧਿਆਣੇ ਚ ਪੋਸਟਰ ਪਾੜਨ ਵਾਲਾ ਭਾਵੇਂ ਕਾਂਗਰਸੀ ਹੈ ਪਰ ਲਾਈਨ ਉੱਥੇ ਜਾ ਕੇ ਜੁੜਦੀ ਹੈ ਇਹਨਾਂ ਨੇ ਜਿਵੇਂ ਫਗਵਾੜੇ ਚ ਪਟਿਆੜੇ ਚ ਦੂਸਰੀ ਥਾਂ ਤੇ ਯੱਗ ਹਵਨ ਕੀਤੇ ਏ ਵੀ ਫੌਜੀਆਂ ਦੇ ਲਈ ਜਿਹੜੇ ਮਾਰੇ ਗਏ ਸੀ ਉਸ ਦੇ ਲਈ ਔਰ ਉਹ ਹੁਣ ਗੱਲ ਸਾਹਮਣੇ ਆ ਗਈ ਕਿਉਂਕਿ ਡਿਪਟੀ ਚੀਫ ਮਿਨਿਸਟਰ ਪਹਿਲਾਂ ਤਾਂ ਇਹ ਅੰਦਰੋਂ ਨਿਕਲੇ ਨਹੀਂ ਵੱਡੇ ਇਹਨਾਂ ਦੇ ਸ਼ਿਵ ਸੈਨਿਕ ਵੀ ਤੇ ਦੂਜੇ ਵੀ ਇੰਨਾ ਕਰੋ ਸੀ ਸਖਾਂ ਦਾ ਜੀ ਹੁਣ ਇਹ ਆਪਣੇ ਅਸਲੀ ਰੰਗ ਦੇ ਵਿੱਚ ਆ ਗਏ ਨੇ ਔਰ ਜਿਹੜਾ ਉੱਥੋਂ ਦਾ ਡਿਪਟੀ ਚੀਫ ਮਿਨਿਸਟਰ ਹੈ ਇਹਨਾਂ ਦਾ ਭਾਜਪਾ ਦਾ ਥਾਪਿਆ ਹੋਇਆ ਹੈ ਉਹਦਾ ਬਿਆਨ ਹੈ ਕਿ ਜੀ ਟੇਕਿੰਗ ਟਫ ਐਕਸ਼ਨ ਅਗੇਂਸਟ ਐਂਟਾਈ ਨੈਸ਼ਨਲ ਐਕਟੀਵਿਟੀਜ਼ ਜਸੀਂ ਬਹੁਤ ਸਖਤ ਲਵਾਂਗੇ ਔਰ ਉਹਦੇ ਕਿਉਂਕਿ ਲੰਬਾ ਚੌੜਾ ਇਹਨਾਂ ਦੀ ਇਹ ਜੁਮਲਾਬਾਜ਼ੀ ਹੁੰਦੀ ਹੈ ਜੀ ਪਰ ਉਹਨੇ ਹੁਣ ਦੋਨਾਂ ਨੂੰ ਮਿਲਾ ਦਿੱਤਾ ਉਹਨੇ ਕਿਹਾ ਜੀ ਜੰਮੂ ਕਸ਼ਮੀਰ ਕਸ਼ਮੀਰਵਾਦੀ ਦੇ ਵਿੱਚ ਪਾਕਿਸਤਾਨ ਜ਼ਿੰਦਾਬਾਦ ਔਰ ਪਾਕਿਸਤਾਨ ਦੇ ਝੰਡੇ ਔਰ ਇਧਰ ਖਾਲਸਤਾਨ ਜ਼ਿੰਦਾਬਾਦ ਦੇ ਇਹ ਐਂਟੀ ਨੈਸ਼ਨਲ ਐਕਟੀਵਿਟੀਜ਼ ਅਸੀਂ ਟੋਲਰੇਟ ਨਹੀਂ ਕਰਾਂਗੇ ਇਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਕਸ਼ਮੀਰੀ ਭਰਾਵਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਜੇ ਕੇ ਐਲ ਐਫ ਜਿਹੜੀ ਕਿ ਮੁਖ ਅਸਤੇਰੇ ਜੰਮੂ ਕਸ਼ਮੀਰ ਦੀ ਆਜ਼ਾਦੀ ਲਈ ਜੂਨਵਾੜੀ ਉਹਨਾਂ ਨੇ ਕਸ਼ਮੀਰ ਦੇ ਵਿੱਚ ਪੂਰਾ ਇੱਕ ਜ਼ੋਰਦਾਰ ਪ੍ਰੋਟੈਸਟ ਕੀਤਾ ਸਿੱਖਾਂ ਦੇ ਹੱਕ 'ਚ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਪੁਲਿਸ ਹੈ ਜੰਮੂ ਕਸ਼ਮੀਰ ਦੀ ਜਿਵੇਂ ਪਹਿਲਾਂ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਢਾ ਰਹੇ ਸੀ ਹੁਣ ਸਾਡੇ ਸਿੱਖ ਭਰਾਵਾਂ ਦੇ ਉੱਤੇ ਵੀ ਇਹ ਜ਼ੁਲਮ ਕਰ ਰਹੇ ਨੇ ਔਰ ਅਸੀਂ ਆਪਣੇ ਸਿੱਖ ਭਰਾਵਾਂ ਦੇ ਨਾਲ ਖੜੇ ਸੋ ਇਹ ਇੱਕ ਪੋਜ਼ਿਟਿਵ ਸਾਈਨ ਹੈ ਪਰ ਇਹ ਜਿਹੜਾ ਨਰਮਲ ਸਿੰਘ ਹੈ ਇਹ ਜਿਸ ਤਰੀਕੇ ਦੇ ਨਾਲ ਇਹਨੇ ਚੀਕਾਂ ਮਾਰੀਆਂ ਇਹ ਤਾਂ ਇੱਥੋਂ ਤੱਕ ਗਿਆ ਹੈ ਕਿ ਜੀ ਭਾਵੇਂ ਪਹਿਲੇ ਐਡਮਿਨਿਸਟ੍ਰੇਸ਼ਨ ਹੈ ਲਾਅ ਕਰਦੇ ਰਹੇ ਕਿ ਪਿੰਡਾਂ ਵਾਲਿਆਂ ਦੀ ਫੋਟੋ ਔਰ ਗੁਰਦੁਆਰਿਆਂ 'ਚ ਦਿਨ ਮਨਾਣਾ ਅਸੀਂ ਇਹ ਐਂਟੀ ਨੈਸ਼ਨਲ ਐਕਟੀਵਿਟੀਜ਼ ਨਹੀਂ ਹੋਣ ਦੇਾਂਗੇ ਮੈਂ ਕਹਿੰਦੀ ਮੋਸਟ ਵੈਲਕਮ ਆਓ ਜ਼ਰਾ ਗੁਰਦੁਆਰਿਆਂ 'ਚ ਤੁਸੀਂ ਬੰਦ ਕਰਾਓ ਰਾਜ ਕਰੇਗਾ ਖਾਲਸਾ ਬੰਦ ਪੜਨਾ ਬੰਦ ਕਰਾਓ ਸੰਤ ਪਿੰਡਾਂ ਵਾਲਿਆਂ ਨੂੰ ਟ੍ਰਿਬਿਊਟ ਦੇਣੀ ਬੰਦ ਕਰਾਓ ਪਰ ਕੁੱਲ ਮਿਲਾ ਕੇ ਇਹ ਸਾਰੇ 'ਚੋਂ ਇਹ ਕਹਿੰਦਾ ਹੈ ਕਿ ਜੀ ਦਾ ਕੁਐਸਚਨ ਇਜ਼ ਆਈ ਵਾਂਟ ਟੂ ਪੁਟ ਦਾ ਫੈਟ ਸਟੇਟ ਸੋ ਫਾਰ ਦਾ ਐਂਟੀ ਨੈਸ਼ਨਲ ਐਕਟੀਵਿਟੀਜ਼ ਆਰ ਕਨਸਰਨਡ ਦੇ ਸੈਪਰੇਟਿਸ ਐਂਡ ਸਮ ਸੈਕਸ਼ਨਸ ਆਫ ਸਿੱਖਸ ਆਰ ਡੂਇੰਗ ਇਟ ਸਿንስ ਲੌਂਗ ਕਿ ਜੀ ਇਹ ਐਂਟੀ ਰਾਸ਼ਟਰ ਕਾਰਵਾਈਆਂ ਕਰ ਰਹੇ ਸੀ ਹੁਣ ਅਸੀਂ ਜਿਹੜਾ ਇਹਨਾਂ ਨੂੰ ਨੱਥ ਪਾਵਾਂਗੇ ਦਾ ਕੁਐਸਚਨ ਇਜ਼ ਵੈਦਰ ਦਾ ਗਵਰਨਮੈਂਟ ਇਜ਼ ਐਕਟਿੰਗ অর ਨਾਟ ਵੀ ਹੈਵ ਐਕਟਡ ਵੀ ਅਰੈਸਟਡ ਕਸ਼ਮੀਰੀ ਸੈਪਰੇਟਿਸਟ ਮਸਰਤ ਆਲਮ ਐਂਡ ਪੁੱਟ ਹਮ ਬਿਹਾਈਂਡ ਬਾਰਸ ਵੀ ਹੈਵ ਲੌਜਡ ਐਫ ਆਈ ਆਰ ਅਗੇਂਸਟ ਅਦਰਸ ਦੇ ਆਰ ਬੀਇੰਗ ਟ੍ਰਾਈਡ ਕਿ ਜੀ ਜਿਨ੍ਹਾਂ ਨੇ ਉਹ ਪੋਸਟਰ ਲਏ ਜਾਂ ਦੂਜੇ ਅਸੀਂ ਉਹਨਾਂ ਦੇ ਖਿਲਾਫ ਵੀ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਕਾਨੂੰਨ ਜਿਹੜਾ ਉਹ ਆਪਣਾ ਲਹਿਗਾ ਕੋਰਸ ਔਰ ਅਸੀਂ ਇਹ ਐਕਟੀਵਿਟੀਆਂ ਨਹੀਂ ਹੋਣਦਿਆਂਗੇ ਸੋ ਅਸੀਂ ਸਮਝਦੇ ਆਂ ਕਿ ਬੀਜੇਪੀ ਖੁੱਲ ਕੇ ਹੁਣ ਸਿੱਖ ਵਿਚਾਰਧਾਰਾ ਦੇ ਖਿਲਾਫ ਪੁਕਤਣ ਦੇ ਲਈ ਉਹ ਸਮਝਦੀ ਹੈ ਵੀ ਉਹ ਤਿਆਰ ਹੈ ਔਰ ਉਹਨਾਂ ਨੇ ਜੋ ਪੰਜਾਬ ਦੇ ਵਿੱਚ ਸਵਾਰ ਕੀਤਾ ਖਾਮ ਖਾਦ ਇਹ ਸ਼ਿਵ ਸੈਨਾ ਦੂਜੇ ਤਜੇ ਸਾਬ ਇਹਨਾਂ ਦੇ ਬਾਲਕੇ ਨੇ ਅਲਟੀਮੇਟਲੀ ਇਹਨਾਂ ਦੀ ਮਾਂ ਆਰਐਸਐਸ ਸੇ ਔਰ ਇਹ ਸਾਰੀ ਜੋ ਵੀ ਐਤਕੀ ਜੰਮੂ ਦੇ ਵਿੱਚ ਹੋਇਆ ਔਰ ਜਿਸ ਤਰੀਕੇ ਨਾਲ ਜਿਸ ਪੁਲਸੀਏ ਨੇ ਯੂਨੀਫਾਰਮ ਦੇ ਵਿੱਚ ਪੋਸਟਰ ਪਾੜੇ ਔਰ ਜਨੇ ਇਵਨ ਮਾਸਕ ਉਤੇ ਲਾ ਕੇ ਕਪੜਾ ਬਨ ਕੇ ਫਾਇਰਿੰਗ ਕੀਤੀ ਜੋ ظاہر ਹੈ ਵੀ ਜਿਹੜੀ ਇਹ ਸਟੇਟ ਫਾਇਰਿੰਗ ਜਿਹੜੀ ਹੈ ਮਾਰਨ ਦੇ ਲਈ ਕੀਤੀ ਗਈ ਔਰ ਉਹਨੂੰ ਇਹ ਜਸਟੀਫਾਈ ਕਰ ਰਿਹਾ ਹੈ ਕਿ ਜੀ ਅਸੀਂ ਬਿਲਕੁਲ ਠੀਕ ਕੀਤਾ ਪੁਲਿਸ ਨੇ ਔਰ ਅਸੀਂ ਜਿਹੜਾ ਇਹ ਐਕਟੀਵਿਟੀਆਂ ਨਹੀਂ ਹੋਣ ਦੇਵਾਂਗੇ ਸੋ ਇਸ ਸਾਰੇ ਨੂੰ ਕਿਵੇਂ ਅੱਗੇ ਤੋਰਿਆ ਜਾ ਰਿਹਾ ਹੈ ਦੂਸਰੀ ਘਟਨਾ ਜਿਹੜੀ ਇਹਦੇ ਨਾਲ ਹੀ ਜੁੜਦੀ ਹੈ ਬੇਸ਼ੱਕ ਕਈਆਂ ਨੂੰ ਲੱਗੇਗਾ ਜੀ ਉਹ ਜੰਮੂ ਦਾ ਇਹਦੇ ਨਾਲ ਕੀ ਸੰਬੰਧ ਹੈ ਦੂਜਾ ਕੀ ਪਰ ਸਕਨ ਨੂੰ ਰਿਪੀਟਿਡਲੀ ਹੁਣ ਰਿਅਲਾਈਜ਼ ਕਰਵਾ ਰਹੇ ਨੇ ਹਿੰਦੂ ਤੋਂ ਵੀ ਜੀ ਕਿ ਇੱਕ ਪਾਸੇ ਤੁਹਾਡੇ ਹੀਰੋ ਜਿਨ੍ਹਾਂ ਨੂੰ ਅਕਾਲ ਤਖਤ ਵੀ ਤੁਹਾਡਾ ਸ਼ਹੀਦ ਐਲਾਨਦਾ ਤੁਸੀਂ ਉਹਨਾਂ ਦੇ ਪੋਸਟਰ ਵੀ ਜਿਹੜੇ ਆ ਉਹ ਨਹੀਂ ਲਾ ਸਕਦੇ ਔਰ ਸਾਡੀ ਯੂਨੀਫਾਰਮਡ ਪੁਲਿਸ ਜਿਹੜੀ ਆ ਉਹਨੂੰ ਪਾੜੇਗੀ ਤੇ ਜੇ ਤੁਸੀਂ ਇਨਸਿਸਟ ਕਰੋਗੇ ਤਾਂ ਅਸੀਂ ਗੋਲੀਆਂ ਦੇ ਨਾਲ ਤੁਹਾਨੂੰ ਮਾਰਾਂਗੇ ਔਰ ਇਹੀ ਨਹੀਂ ਇੱਕ ਸਿੰਘ ਤਾਂ ਸ਼ਹੀਦ ਹੋਇਆ ਮੈਂ ਜਿਹੜੇ ਤਿੰਨ ਸਿੰਘ ਗੰਭੀਰ ਤੌਰ ਤੇ ਜ਼ਖਮੀ ਨੇ ਜੰਮੂ ਮੈਡੀਕਲ ਕਾਲਜ ਦੇ ਵਿੱਚ ਜਦੋਂ ਉਹਨਾਂ ਨੂੰ ਲਜਾਇਆ ਗਿਆ 36 ਘੰਟੇ ਡਾਕਟਰਾਂ ਨੇ ਵੀ ਜਿਹਨਾਂ ਦੇ ਡਾਕਟਰਾਂ ਦੇ ਨਾਮ ਵੀ ਹਿੰਦੂ ਨਾਂ ਨੇ ਉਹਨਾਂ ਨੂੰ ਦਾ ਇਲਾਜ ਕਰਨ ਤੋਂ ਹੀ ਨਾਂ ਕਰ ਦਿੱਤੀ ਔਰ ਉਹਨਾਂ ਨੇ ਜਸਟ ਮਾੜਾ ਮੋਟਾ ਇਧਰ ਉਧਰ ਕਰਕੇ ਤੇ ਉਹਨਾਂ ਨੂੰ ਕੋਈ ਟ੍ਰੀਟਮੈਂਟ ਨਹੀਂ ਦਿੱਤੀ ਗਈ ਔਰ ਉਹਨਾਂ ਦੇ ਪੇਰੈਂਟਸ ਨੇ ਬਾਅਦ ਦੇ ਵਿੱਚ ਪ੍ਰਾਈਵੇਟ ਡਾਕਟਰ ਲੱਭ ਕੇ ਉੱਥੇ ਹੁਣ ਪਰਤੀ ਕਰਾ ਕੇ ਉਹਨਾਂ ਦਾ ਇਲਾਜ ਕਰ ਰਹੇ ਨੇ ਇਹ ਬਿਲਕੁਲ ਐਗਜ਼ੈਕਟਲੀ ਨਵੰਬਰ 84 ਦੇ ਵਿੱਚ ਵੀ ਇਹੀ ਵਰਤਾਰਾ ਸੀ ਔਰ ਇਹੀ ਗੱਲ ਜੰਮੂ ਦੇ ਵਿੱਚ ਦੇਖਣ ਚਾਏ ਕਿ ਜੰਮੂ ਮੈਡੀਕਲ ਕਾਲਜ ਦੇ ਜਿਹੜੇ ਡਾਕਟਰਸ ਨੇ ਉਹਨਾਂ ਨੇ ਵੀ ਉਹਨਾਂ ਨੂੰ ਟਰੀਟ ਨਹੀਂ ਕੀਤਾ ਪਰ ਜਿਹੜੀ ਘਟਨਾ ਦਾ ਮੈਂ ਹੁਣ ਜ਼ਿਕਰ ਕਰ ਰਿਹਾ ਇਹਦਾ ਸਬੰਧ ਚੰਡੀਗੜ੍ਹ ਨਾਲ ਹੈ ਔਰ ਚੰਡੀਗੜ੍ਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਕੌਪਸ ਨੇ ਦੋ ਸਿੱਖ ਨੌਜਵਾਨਾਂ ਭਰਾਵਾਂ ਨੂੰ ਔਰ ਉਹਨਾਂ ਦੇ ਪਿਤਾ ਪਿਤਾ ਗੁਰਮੀਤ ਸਿੰਘ ਉਹਨਾਂ ਦੇ ਦੋ ਬੱਚੇ ਤੇਜਵੀਰ ਸਿੰਘ ਤੇ ਬਾਦਸ਼ਾਹ ਸਿੰਘ ਜੀ ਜਿਹੜੇ ਕਿ ਲੁਧਿਆਣੇ ਤੋਂ ਬੜੋਗ ਹਿਮਾਚਲ ਦੇ ਵਿੱਚ ਜਾ ਰਹੇ ਸਨ ਆਪਣੀ ਕਾਰ 'ਚ ਜਿਹਦੇ ਉਹਨਾਂ ਕੋਲ ਪੂਰੇ ਡਾਕੂਮੈਂਟਸ ਸਨ ਪੂਰਾ ਜੋ ਕੰਡੀਸ਼ਨਸ ਆਫ ਫulfil ਹੁੰਦੀਆਂ ਸੀ ਔਰ ਉਹਨਾਂ ਨੂੰ ਸੈਕਟਰ 56 ਦੇ ਕਲਾਸ ਚੌਂਕ ਦੇ ਵਿੱਚ ਰੋਕ ਲਿਆ ਚੰਡੀਗੜ੍ਹ ਪੁਲਿਸ ਸਪਾਈਆਂ ਨੇ ਜੀ ਔਰ ਉਹਨਾਂ ਨੂੰ ਕਿਹਾ ਕਿ ਜੀ ਇਹ ਤੁਹਾਡੇ ਜਿਹੜੇ ਸ਼ੀਸ਼ੇ ਨੇ ਫਿਲਮਡ ਨੇ ਉਹਨਾਂ ਨੇ ਕਿਹਾ ਜੀ ਧਿਆਨ ਨਾਲ ਦੇਖੋ ਇਹ ਫਿਲਮ ਨਹੀਂ ਹੈਗੇ ਔਰ ਇਸ ਗੱਲ ਦੇ ਲਈ ਫਿਰ ਉਹਨਾਂ ਨੇ ਉਹਨਾਂ ਨੂੰ ਕਿਹਾ ਜੀ ਅਸੀਂ ਤੁਹਾਡਾ ਚਲਾਨ ਕਰਾਂਗੇ ਨਹੀਂ ਤਾਂ ਤੁਸੀਂ ਸਾਡੇ ਨਾਲ ਸੌਦੇਬਾਜ਼ੀ ਕਰ ਲਓ ਜੋ 500000 ਪਰ ਉਹਨਾਂ ਨੇ ਕਿਹਾ ਜੀ ਨਹੀਂ ਕਿਉਂਕਿ ਅਸੀਂ ਬਿਲਕੁਲ ਗਲਤ ਨਹੀਂ ਹੈਗੇ ਤੁਸੀਂ ਜੋ ਕਰਨਾ ਹੈ ਜੇ ਤੁਹਾਨੂੰ ਲੱਗਦਾ ਹੈ ਅਸੀਂ ਚਲਾਨ ਕਰੋ ਸੋ ਉਹਨਾਂ ਨੇ 1500 ਰੁਪਿਆ ਜਿਹੜਾ ਉਹਨਾਂ ਨੂੰ ਚਲਾਨ ਠੋਕਿਆ ਔਰ ਪਿਤਾ ਨੇ ਉਹਨਾਂ ਦੇ ਨੇ ਬੱਚਿਆਂ ਦੇ ਨੇ ਗੁਰਮੀਤ ਸਿੰਘ ਹੋਰਾਂ ਨੇ ਉਹਨਾਂ ਨੂੰ ਕਿਹਾ ਜੀ ਤੁਸੀਂ ਜ਼ਿਆਤੀ ਕੀਤੀ ਹੈ ਪਰ ਔਰ ਅਸੀਂ ਇਸ ਨੂੰ ਰਿਪੋਰਟ ਕਰਾਂਗੇ ਹਾਇਰ ਪੁਲਿਸ ਅਥਾਰਟिटीज ਦੇ ਕੋਲ ਇਹ ਸੁਣਦਿਆਂ ਹੀ ਉਹਨਾਂ ਨੇ ਕੌਪਸ ਨੇ ਉਹਨਾਂ ਦੇ ਬਾਪ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਬਹੁਤ ਬੁਰਾ ਭਲਾ ਕਿਹਾ ਜਦੋਂ ਬੱਚਿਆਂ ਨੇ ਪ੍ਰੋਟੈਸਟ ਕੀਤਾ ਤੇ ਉਹਨਾਂ ਨੇ ਉਹਨਾਂ ਮੁੰਡਿਆਂ ਨੂੰ ਬਾਹਰ ਕੱਢ ਕੇ ਉਹਨਾਂ ਦੀਆਂ ਪੱਗਾਂ ਪਹਿਲਾਂ ਲਾ ਕੇ ਜਿਹੜੀਆਂ ਨੇ ਉਹ ਸੜਕ ਦੇ ਉੱਤੇ ਆਲੇ ਦੁਆਲੇ ਭਰੇ ਚੌਂਕ ਜਿੱਥੇ ਲੋਕ ਦੇਖ ਰਹੇ ਨੇ ਔਰ ਉਹਨਾਂ ਦੀ ਲਾਠੀਆਂ ਦੇ ਨਾਲ ਜਿਹੜੀ ਹੈ ਉਹ ਕੁੱਟਾਈ ਕਰਨੀ ਸ਼ੁਰੂ ਕਰ ਦਿੱਤੀ ਨਤੀਜੇ ਦੇ ਤੌਰ ਤੇ ਜਿਹੜੇ ਲੋਕ ਕੁਛ ਖਬਿਓ ਸੱਜਿਓ ਆਏ ਉਹਨਾਂ ਨੇ ਦੇਖਿਆ ਪ੍ਰੋਟੈਸਟ ਵਰਗਾ ਇੱਕ ਮਾਹੌਲ ਬਣ ਗਿਆ ਪਰ ਦਰਸ਼ਕ ਜਿਹੜੇ ਨੇ ਸਕਰੀਨ ਤੇ ਦੇਖ ਸਕਦੇ ਨੇ ਕਿ ਕਿਵੇਂ ਦੋ ਇੱਜ਼ਤਦਾਰ ਜਿਹੜੇ ਨੌਜਵਾਨ ਨੇ ਉਹਨਾਂ ਦੇ ਪਿਤਾ ਨੂੰ ਔਰ ਉਸ ਮਾਂ ਦੇ ਹਾਂ ਮਾਂ ਵੀ ਨਾਲ ਹੈ ਉਹ ਕਹਿ ਰਹੀ ਹੈ ਵੀ ਇਹ ਕੰਮ ਨਾ ਕਰੋ ਔਰ ਜਿਹੜੇ ਨੇ ਉਹ ਬਿਲਕੁਲ ਵੈਸ਼ੀ ਅੰਦਾਜ਼ ਦੇ ਵਿੱਚ ਇਹ ਇਵੇਂ ਹੀ ਹੈ ਔਰ ਇਹ ਜਿਹੜਾ ਖਾਸ ਤੌਰ ਤੇ ਮੈਂ ਪਿਛਲੇ ਦਿਨਾਂ ਚ ਲਗਾਤਾਰਤਾ ਦੇਖ ਰਹੇ ਲਗਾਤਾਰਤਾ ਦੇਖ ਰਹੇ ਕਿ ਜਿਵੇਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਟੋਲ ਬੂਥ ਦੇ ਉੱਤੇ ਸ਼ਿਵ ਸੈਨਾ ਦੇ ਗੁੰਡਿਆਂ ਨੇ ਡੈਲੀਬਰੇਟਲੀ ਉਸ ਮੁਲਾਜ਼ਮ ਦੀ ਪੱਗ ਲਾ ਕੇ ਜਿਹੜਾ ਉਸ ਨੂੰ ਟਾਸ ਅਰਾਊਂਡ ਕੀਤਾ ਔਰ ਇਹ ਚੰਡੀਗੜ੍ਹ ਦੇ ਵਿੱਚ ਫੁੱਲ ਪਬਲਿਕ 뷰 ਦੇ ਵਿੱਚ ਜਿਹੜਾ ਇਹਨਾਂ ਦੋ ਨੌਜਵਾਨਾਂ ਨੂੰ ਜਿਹੜਾ ਮਾਰਨਾ ਜ਼ਲੀਲ ਕਰਨਾ ਬਜ਼ੁਰਗ ਮਾਪਿਓ ਨੂੰ ਅਬਿਊਜ਼ ਕਰਨਾ ਇਹ ਦੱਸ ਰਿਹਾ ਵੀ ਇਹ ਗੱਲ ਕਿੱਧਰ ਨੂੰ ਜਾ ਰਹੀ ਔਰ ਮੈਂ ਸਮਝਦਾ ਹਾਂ ਵੀ ਕਿਸ ਹੱਦ ਤੱਕ ਅੱਜ ਸਾਡਾ ਇੱਕ ਵੱਡਾ ਹਿੱਸਾ ਇਹਨਾਂ ਬੇਗੈਰਤ ਅਕਾਲੀਆਂ ਦਾ ਬਾਦਲਕਿਆਂ ਦਾ ਚਲਾ ਗਿਆ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿੱਥੇ ਇਹ ਸੀ ਜਿਸ ਸਿੱਖ ਤਾਂ ਕਿਸੇ ਹੋਰ ਦੀ ਹੁੰਦੀ ਬੇਸਤੀ ਨਹੀਂ ਸੀ ਦੇਖ ਸਕਦੇ ਔਰ ਅੱਜ ਤੋਂ 30 40 ਸਾਲ ਪਹਿਲਾਂ ਵੀ ਜੇ ਅਸੀਂ ਦੇਖੀਏ ਕਿ ਜੇ ਇੱਕ ਬੱਸ ਦੇ ਵਿੱਚ 40 50 ਮੁਸਾਫਰ ਨੇ ਜਾ ਰਹੇ ਨੇ ਭਾਵੇਂ ਉਹ ਚ ਇੱਕ ਜਾਂ ਦੋ ਸਿੱਖ ਬੈਠੇ ਨੇ ਜੇ ਕੰਡਕਟਰ ਜਾਂ ਦੂਜਾ ਕਿਸੇ ਬੇਸ਼ੱਕ ਉਹ Hindu ਔਰਤ ਜਾਂ Hindu ਮੁਸਾਫਰ ਦੇ ਨਾਲ ਵੀ ਉਹ ਉਹ ਜ਼ਿਆਤੀ ਦੇ ਵਿੱਚ ਉੱਚੀ ਬੋਲਦਾ ਸੀ ਜਾਂ ਕੋਈ ਗਾਲੀ ਗਲੋਚ ਕਰਦਾ ਸੀ ਉਸੇ ਪਿੱਛੋਂ ਅੱਗੇ ਬੈਠਾ ਜਿਹੜਾ ਉੱਠ ਕੇ ਪਿੱਛੇ ਆ ਜਾਂਦਾ ਸੀ ਉਹ ਚੈਲੰਜ ਕਰਦਾ ਸੀ ਕਿ ਵੀ ਇਹ ਤੂੰ ਗਲਤ ਕਰ ਰਿਹਾ ਹੈ ਜੀ ਜੀ ਸੋ ਕਿੱਥੇ ਸਾਡਾ ਉਹ ਪਾਰਟ ਰਿਹਾ ਔਰ ਅੱਜ ਸ਼ਰੇ ਬਾਜ਼ਾਰ ਗੋੜੀਆਂ ਮਾਰੀਆਂ ਜਾ ਰਹੀਆਂ ਨੇ ਸ਼ਰੇ ਬਾਜ਼ਾਰ ਦਸਤਾਰ ਦਾ અપਮਾਨ ਕੀਤਾ ਜਾ ਰਿਹਾ ਔਰ ਉਹ ਜਿਹੜਾ ਇੱਕ ਬਦਸ਼ਕਲ ਜਿਹੜਾ ਇਹਨਾਂ ਦਾ ਗੁੰਡਾ ਇੱਕ ਹੋਰ ਰੱਖਿਆ ਐ ਐਸਐਸਪੀ ਉਹਦਾ ਨਾਮ ਸੁਖਜਾਨ ਸਿੰਘ ਗਿੱਲ ਸਿਰਾਂ ਤੇ ਇਹਨਾਂ ਲਈ ਪੱਗਾਂ ਤੋਂ ਅੰਗਰੇਜ਼ਾਂ ਨੇ ਇਦਾਂ ਦੀਆਂ ਬਣਾਈਆਂ ਹੋਈਆਂ ਸੀ ਉਹ ਤਾਂ ਸਿਰ ਤੇ ਟੋਪ ਦੀ ਤਰ੍ਹਾਂ ਰੱਖਦੇ ਨੇ ਜੀ ਔਰ ਉਹ ਕਹਿ ਰਹੇ ਨਾ 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 ਇਹ ਤਾਂ ਉਹਨਾਂ ਨੌਜਵਾਨਾਂ ਨੇ ਕੌਪਸ ਨੂੰ ਮੈਨ ਹੈਂਡਲ ਕੀਤਾ ਸੀ ਤੁਹਾਨੂੰ ਵੀਡੀਓ ਕਲਿੱਪਿੰਗ ਦਿਖਾ ਦੇਵਾਂਗੇ ਔਰ ਉਹ ਤਾਂ ਉਹਨਾਂ ਨੇ ਆਪਣੇ ਹੁਣ ਤੁਸੀਂ ਦੇਖੋ ਕਿ ਇਹ ਦੋ ਨੌਜਵਾਨ ਜਿਹੜੇ ਵਿਚਾਰੇ ਯੰਗ ਜੀ ਇਹ ਉਹਨਾਂ ਨੂੰ ਜਿਹੜੇ ਗੁੰਡਿਆਂ ਦੀ ਤਰ੍ਹਾਂ ਪੀਪੀਕੇ ਸ਼ਰਾਬਾਂ ਔਰ ਖਾ-ਖਾ ਕੇ ਤੰਦੂਰੀ ਚਕਨ ਫਟੇ ਹੋਏ ਨੇ ਉਹ ਉਹਨਾਂ ਨੂੰ ਜਾ ਕੇ ਮੈਨੇ ਡਲ ਕਰਨਗੇ ਉਹਨਾਂ ਉਹਨਾਂ ਨੂੰ ਉਹ ਪਹਿਣਗੇ ਕਿ ਜੀ ਉਹਨਾਂ ਦੇ ਲੇਕਨ ਮਤਲਬ ਹੁਣ ਅੱਜ ਕਿਉਂਕਿ ਹਕੂਮਤ ਉਹਨਾਂ ਦੀ ਹੈ ਜਿਹੜੇ ਚਾਹੁੰਦੇ ਨੇ ਵੀ ਇਹ ਜਿਹੜੀ ਸਿੱਖਾਂ ਦੀ ਟੈਂ ਇਹਨੂੰ ਵੀ ਟੈਂ ਤੋੜਨਾ ਕਹਿੰਦੇ ਨੇ ਹੋਰ ਕੋਈ ਗੱਲ ਨਹੀਂ ਹੈ ਕਿ ਵੀ ਇਹ ਤੁਸੀਂ ਬੜਾ ਬਣੇ ਸੀ ਜੀ ਅਸੀਂ ਇਹਨਾਂ ਦੀ ਅਜ਼ਮਤ ਜਿਹੜੀ ਹੈ ਉਹ ਬਚਾਈ ਅਸੀਂ ਹਜ਼ਾਰਾਂ ਇਹਨਾਂ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਬਚਾ ਕੇ ਅਫਗਾਨਾਂ ਤੋਂ ਨਾਦਰ ਸ਼ਾਹ ਤੋਂ ਦੁਰਾਨੀ ਤੋਂ ਲਿਆਂਦੇ ਰਹੇ ਨਵੰਬਰ 84 'ਚ ਉਹਨਾਂ ਨੇ ਕਿਹਾ ਵੀ ਆਓ ਕਰੋ ਡਿਫੈਂਸ ਔਰ ਵਿੰਡੋ ਕਲੋਨੀ ਬਣਾ ਕੇ ਸਾਡੇ ਸਾਹਮਣੇ ਰੱਖ ਦਿੰਦੀ ਹੈ ਕਿ ਆ ਲੋ ਆ ਤੁਹਾਡੀ ਹਜ਼ਮਤ ਹੈ ਹੁਣ ਦੱਸੋ ਤੁਹਾਡਾ ਇਤਿਹਾਸ ਕਿੰਨਾ ਕੁ ਸੱਚਾ ਵੀ ਤੁਸੀਂ ਦੂਸਰਿਆਂ ਦੀਆਂ ਬਚਾਉਂਦੇ ਰਹੇ ਹੋ ਔਰ ਅੱਜ ਜਿਸ ਤਰੀਕੇ ਨਾਲ ਡੈਲੀਬਰੇਟਲੀ ਦਸਤਾਰ ਨੂੰ ਔਰ ਇਸ ਤੋਂ ਪਹਿਲਾਂ ਵੀ ਇਸੇ ਚੰਡੀਗੜ੍ਹ ਚ ਵਾਕਿਆ ਹੋਇਆ ਸੀ ਕਿ ਇੱਕ ਸਿੱਖ ਨੌਜਵਾਨ ਜਿਹੜਾ ਹੈ ਉਸ ਨੂੰ ਤੁਰੇ ਜਾਂਦੇ ਨੇ ਥਾਣੇਦਾਰ ਨੇ ਉਸ ਦੀ ਜਿਹੜੀ ਹੈ ਉਹ ਵੀ ਹਿੰਦੂ ਉਸ ਦੀ ਪੱਗ ਲਾ ਕੇ ਕਿ ਜਿਹੜੀ ਹੈ ਉਹਨੂੰ ਨੰਗੇ ਸਿਰ ਕੀਤਾ ਸੀ ਸੋ ਇਹ ਡੈਲੀਬਰੇਟਲੀ ਜਦੋਂ ਇਹ ਉਹ ਦਸਤਾਰ ਦਾ ਅਪਮਾਨ ਕਰਦੇ ਨੇ ਇਹਨਾਂ ਦੇ ਅੰਦਰ ਉਹ ਨਫ਼ਰਤ ਪੰਜ ਸਦੀਆਂ ਦਾ ਵੈਰ ਕਮਾਇਆ ਵਾਲੀ ਨਫ਼ਰਤ ਹੈ ਕਿ ਤੁਸੀਂ ਆਪਣੇ ਆਪ ਨੂੰ ਬੜਾ ਤਾਜ ਕਹਿੰਦੇ ਹੋ ਆਹ ਲੋ ਤੁਹਾਡਾ ਤਾਜ ਅਸੀਂ ਪੈਰਾਂ 'ਚ ਰੋਲ ਰਹੇ ਤੇ ਇਹ ਇਸ ਗੱਲ ਨੂੰ ਜੇ ਅਸੀਂ ਨਹੀਂ ਲਵਾਂਗੇ ਇਸ ਚੈਲੰਜ ਨੂੰ ਔਰ ਇਹ ਉਸ ਵਾਂਗ ਹੀ ਹੈ ਔਰ ਇਹ ਗੱਲ ਮੈਂ ਆਪਣੀ ਸਪੀਚ ਵੀ ਜਦੋਂ ਮੈਂ ਬੋਲਣ ਲਈ ਚੜਨ ਲੱਗਾ ਸੈਂਫਰੈਂਸ ਕੋ ਉਹ ਸਟੇਜ ਤੇ ਇੱਕ ਨੌਜਵਾਨ ਨੇ ਮੈਨੂੰ ਕਿਹਾ ਕਿ ਜੀ ਬਹੁਤ ਵਾਰ ਅਸੀਂ ਬੇਸ਼ੱਕ ਸ਼ਿਵ ਸੈਨਾ ਦੂਜਿਆਂ ਦਾ ਕਰਦੇ ਹਾਂ ਗੁੱਸਾ ਪਰ ਸੰਤ ਭਿੰਡਾ ਵਾਲੇ ਵੀ ਇਹ ਕਹਿੰਦੇ ਸੀ ਕਿ ਸ਼ੇਰ ਜਿਹੜਾ ਆ ਉਹ ਗੋਲੀ ਵੱਲ ਨਹੀਂ ਦੌੜਦਾ ਉਹ ਦਰ ਨੂੰ ਦੌੜਦਾ ਜਿੱਥੋਂ ਗੋਲੀ ਆਈ ਹੈ ਸੋ ਸੋ ਮੈਂ ਉਹਨੂੰ ਰੁਪੀ ਕਹਿੰਦੇ ਜੇ ਤੁਸੀਂ ਜ਼ਰੂਰ ਕਹਿਣਾ ਮੈਂ ਕਹਿੰਦਾ ਜੀ ਬਿਲਕੁਲ ਠੀਕ ਹੈ ਵੀ ਇਹ ਜਿਹੜੇ ਸਾਰੇ ਕੌਪ ਹੋਣ ਸ਼ਿਵ ਸੈਨਿਕ ਹੋਣ ਇਹ ਦੂਜੇ ਜਿਹੜੇ ਖੜੇ ਕੀਤੇ ਹੋਏ ਨੇ ਦੇਖੀਏ ਵੀ ਇਹਨਾਂ ਦਾ ਮੁੱਢ ਕੌਣ ਹੈ ਇਹ ਗੋਲੀ ਆ ਕਿੱਥੋਂ ਰਹੀ ਗੋਲੀ ਕਿਨੇ ਚਲਾਈ ਅਸੀਂ ਗੋਲੀ ਵੱਲ ਧਿਆਨ ਜ਼ਿਆਦਾ ਦਿੰਦੇ ਇਟਸ ਆਲਟੀਮੇਟਲੀ ਇਹ ਉਹ ਗੁਲਾਮੀ ਦੇ ਆਲਮਤਾ ਨੇ ਕਿ ਜਿਨ੍ਹਾਂ ਦੇ ਹੱਥ ਪੋਲੀਟੀਕਲ ਪਾਵਰ ਆ ਜਾਈ ਹੈ ਉਹ ਤੁਹਾਨੂੰ ਦੱਸ ਰਹੇ ਨੇ ਕਿ ਵੀ ਅਸੀਂ ਤੁਹਾਡੇ ਸਿਰਾਂ ਤੇ ਪੱਗਾ ਨਹੀਂ ਰਹਿਣ ਦੇਣੀ ਹੈ ਨਹੀਂ ਤਾਂ ਤੁਸੀਂ ਸਾਡੇ ਹਿੰਦੂਤਵਾਦ ਦੇ ਖਾਰੇ ਸਮੁੰਦਰ ਦੇ ਵਿੱਚ ਡੁੱਬੋ ਤਿਆਰ ਹੋਵੋ ਕਿ ਤੁਸੀਂ ਆਪਣੇ ਆਪ ਨੂੰ Hindu ਕੋ ਆਓ ਜੀ ਸੋ ਅਸੀਂ ਅਫਸੋਸ ਦਾ ਇਜ਼ਹਾਰ ਤਾਂ ਹੀ ਕਰ ਸਕਦੇ ਪਰ ਮੈਂ ਸਮਝਦਾ ਵੀ ਇਹ ਸਾਡਾ ਅਫਸੋਸ ਅਫਸੋਸ ਕਰਨਾ ਵੀ ਠੀਕ ਨਹੀਂ ਹੈ ਸਾਨੂੰ ਵੀ ਸ਼ੁਡ ਸਟੈਂਡ ਅਪ ਫਾਈਟ ਬੈਕ ਔਰ ਆਪਣੀ ਆਜ਼ਾਦੀ ਆਪਣੇ ਕੌਮੀ ਖਾਰਿਸਤਾਨ ਤੋਂ ਬਿਨਾ ਅਸੀਂ ਆਪਣਾ ਆਨਰ ਉੱਥੇ ਰੀਸਟੋਰ ਨਹੀਂ ਕਰ ਸਕਾਂਗੇ ਇਹ ਰਿਪੀਟਡ ਰਿਮਾਈਂਡਰ ਨੇ ਐਵਰੀ ਡੇ ਜੀ ਜੀ ਬਿਲਕੁਲ ਡਾਕਟਰ ਸਾਹਿਬ ਇਸ ਨਾਲ ਲੈਨੇ ਬ੍ਰੇਕ ਵਿਅਰਸ ਵਿਚਾਰਾਂ ਦੇ ਸੈਲਫਰਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਂ ਛੋਟੇ ਬ੍ਰੇਕ ਤੋਂ ਬਾਅਦ